ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਅਰਫਾਨ ਏ ਉਹ 95 ਜਿਹੜੇ ਦਾ ਮਸ਼ਵਰਾ ਦਿੱਤਾ ਹੋਇਆ ਨਾ ਜੀ, ਅਤੇ ਹੁਣ ਸਾਨੂੰ ਖੋਲ੍ਹਣਾ ਪੈ ਗਿਆ ਜੀ। ਸਹੀ ਹੈ। ਇਹਦੇ ਉੱਤੇ ਹੁਣ ਇਨਸ਼ਾਅੱਲਾ ਦੇਖ ਕੇ ਸਫਾਈਆਂ ਮਫਾਈਆਂ ਖਰਚੇ ਮਰਚੇ ਸਾਰੇ ਕਰੀਦੇ ਪਏ। ਸਾਡਾ ਮਸ਼ਵਰਾ ਤੁਸੀਂ ਮੰਨਣਾ ਹੈ ਨਾ। ਅੱਛਾ, ਇਨਸ਼ਾਅੱਲਾ ਮਜ਼ਾ ਵੀ ਆਇਆ ਵੀ ਇਹ ਚੀਜ਼ ਹੀ ਬਣੀ ਪਈ। ਸਹੀ ਹੈ। ਕੋਈ ਇਨਸ਼ਾਅੱਲਾ ਇਸ ਨੂੰ ਗਿਣ ਵਈ ਸੀ ਤਾਂ ਹੁਣ ਸਵਾਦ ਦਾ ਸੀ। ਹਾਂ ਬਿਲਕੁਲ, ਇਹ ਛੋਟੀ ਦੇ ਸੋ ਅਗਲੇ ਨੂੰ ਬਿਲਕੁਲ ਭਾਈ ਜਾਨ, ਇਹਦੇ ਵਿੱਚ ਕੋਈ ਗੁੰਜਾਇਸ਼ ਕੋ ਨਹੀਂ, ਕੋਈ ਸ਼ੱਕ ਨਹੀਂ। ਠੀਕ ਹੈ ਯਾਰ, ਪਹਿਲੇ ਪਤਾ ਕੀ ਜੀ, ਸਾਡਾ ਦਿਲ ਖੁਦ ਮੁਤਮਈਨ ਆਈ ਸੀ ਨਾ ਮੈਂ ਵੀ ਤੁਹਾਨੂੰ ਕਿ ਪਲੀਆਂ ਮਲੀਆਂ ਤੇ ਆਵਾਜ਼ਾਂ ਸ਼ਵਾਜ਼ਾਂ ਬਹੁਆਂ ਬਿਲਕੁਲ ਵਿੱਚੋਂ ਸੁਥਰਾ ਪਿਆ, ਬਹੁ ਸੋਹਣਾ ਨਿਕਲਿਆ, ਬਹੁ ਸੋਹਣਾ ਨਿਕਲਿਆ। ਹਾਂ, ਸਾਰੇ ਆਈਟਮ ਹੀ ਸੋਹਣੇ ਨਿਕਲੇ, ਲੇਕਿਨ ਉਸੇ ਲਈ ਨਾ ਪਲੀਆਂ ਸਟੇਰਿੰਗ ਗੇਰ ਕਲਚ ਕੋਈ ਸ਼ਾਇਦ ਦਾ ਮਜ਼ਾ ਨਾ ਹੀ ਲੱਗਦਾ। ਤੁਹਾਨੂੰ ਇਹ ਮਸ਼ਵਰਾ ਇਸੇ ਵਜ੍ਹਾ ਤੋਂ ਦਿੱਤਾ ਸੀ ਭਾਈ ਜਾਨ ਕਿ ਕੋਈ ਸਮਝ ਨਹੀਂ ਆਉਂਦੀ ਨਾਰੇ ਦਾਤ ਇਹਦੀ ਮੇਰੀ ਮਸ਼ੀਨਰੀ। ਬਿਲਕੁਲ, ਇਸ ਨੂੰ ਖੁੱਲੇ ਸੋ ਕੋਈ ਤਸੱਲੀ ਗਿਣਸੀ ਜਿਹੜੇ ਹਰ ਬੰਦਾ ਤੁਹਾਡੇ ਕੋਲ ਛੋਟੀ ਗਿਣਦਾ ਹੈ। ਅੱਛਾ, ਹੁਣ ਉਹ ਤਲੇ ਸ਼ਾਫਟ ਪਈ ਹੈ ਨਾ, ਉਹ ਤਲਵੀਂ ਤਲ ਜੀ ਜੀ, ਇਹਦਾ ਇੱਥੇ ਰੂਲਾ ਬੈਰਿੰਗ ਇਹ ਆਲਾ ਜੀ, ਇਹ ਰੂਲਾ ਬੈਰਿੰਗ ਸਿਰੇ ਤੋਂ ਹਾਈ ਵੀ ਕੋਣ। ਅੱਛਾ, ਤੇ ਇਹ ਇਹ ਗਰਾਰੀ ਖੜੀ ਹੈ ਇੱਥੇ ਵਿੱਚ ਹਾਊਸਿੰਗ ਵਾਲੀ, ਆ ਜਿਹਦੇ ਨਵੇਂ ਦੋ ਬੈਰਿੰਗ ਪਾਏ ਸੀ। ਅੱਛਾ, ਇਹਦੇ ਇੱਕ ਬੈਰਿੰਗ ਦੀਆਂ ਗੋਲੀਆਂ ਹੀ ਕੋਨਾਂ, ਇੱਕੋ ਬੈਰਿੰਗ ਨਹੀਂ ਰਿੜਦਾ ਖੜਾ ਹੈ ਖਾਲੀ, ਹਾਊਸਿੰਗ ਨੂੰ ਅੰਦਰੋਂ ਕਟੀਂ ਦਾ ਜਿਹੜਾ ਮਨ ਤੁਹਾਡੇ ਤਾਂ ਮਾਤ ਤੇ ਗਿਨਵਣਿਆ, ਉਸ ਨੂੰ ਤਾਂ ਮਸਲਾ ਪੇਸ਼ ਆ ਗਿਆ। ਅੱਛਾ, ਕ੍ਰੈਂਕ ਕੀ ਟੁੱਟੀ ਹੋਈ, ਪਿਨੀਅਨ ਦੇ ਡੰਦੇ ਉੱਕੇ ਕ੍ਰੈਕਾਂ, ਬਿਲਕੁਲ ਸਮਝੋ ਕਿ ਪਿਨੀਅਨ ਖਤਮ ਆਈ। ਅੱਛਾ ਅੱਛਾ, ਹੁਣ ਕਹਿ ਬੰਦੇ ਦੇ ਉਹ ਤੇ ਕ੍ਰੈਂਕ ਟੁੱਟ ਵਣੀ ਆ ਵੈਂਦੂ ਤੇ ਇਹ ਬੈਰਿੰਗ ਮੈਰਿੰਗ ਤੇ ਮਕਸਦ ਇੱਕ ਪ੍ਰੋਬਲਮ ਦਹਾਈ ਨਾ ਹੋਵੇ। ਪ੍ਰੋਬਲਮ ਆਈ ਉਸ ਦੇ ਰਗੀ ਚੀਜ਼ ਪਾਏ ਵਣੀ ਆ ਘਾਟੀ ਜਾਈ। ਬਿਲਕੁਲ, ਤਾਂ ਹੁਣ ਬਿਹਤਰ ਹੈ ਅੱਗੇ ਸਾਡਾ ਮਸ਼ਵਰਾ ਮੰਨੋ, ਇਹ ਖੋਲਾਵੇ। ਸਹੀ ਹੈ, ਠੀਕ ਹੈ। ਖਰਚਾ ਮਰਚਾ ਥੀਂਦਾ ਵੀ ਇਸ ਨੂੰ ਜ਼ਿਆਦਾ ਲੰਬਾ ਚੌੜਾ ਨਾ ਕਰੋ। ਅੱਛਾ, ਕਿਉਂਕਿ ਕੋਈ ਬੰਦਾ ਇਸ ਨੂੰ ਖਰੀਦੇ ਵੀ ਸਹੀ ਤਾਂ ਉਸ ਨੂੰ ਮਹਿੰਗਾ ਨਾ ਪਵੇ। ਹਾਂ ਸਹੀ ਹੈ, ਟਾਇਰ ਵੀ ਉਸ ਵਕਤ ਪਾਉਣੇ ਨੇ ਇਸ ਨੂੰ ਜ਼ੀਰੋ। ਹਾਂ ਬਿਲਕੁਲ, ਇੰਜ ਠੀਕ ਹੈ। ਤਾਂ ਉਹ ਟਾਇਰ ਮੇਰੇ ਨਾਲ ਉਸ ਨੂੰ 14-15 ਲੱਖ ਜਗ੍ਹਾ ਤਿਆਰ ਥੀ ਵੀ ਨਾ। ਅੱਛਾ, ਉਸ ਨੂੰ ਕੋਈ ਮਹਿੰਗਾ ਨਹੀਂ। ਸਹੀ ਹੈ, ਤੇ ਅਸਾਂ ਵੀ ਆਦੇ ਭਾਈ ਮਹਿੰਗਾ ਹੈ ਕੋਈ 14-15 ਲੱਖ। ਹਾਂ ਬਿਲਕੁਲ, ਜਿਹੜੇ ਚੌਕੜਾ ਟਾਇਰਾਂ ਦਾ ਨਵਾਂ ਰੰਗ ਹੀ ਨਵਾਂ ਤੇ ਮਾਸ਼ਾਅੱਲਾ ਮੋਬਲੈਲ ਸ਼ਬਲੈਲ ਬਿਹਤਰੀਨ ਮਜ਼ਾ ਗੱਡੀ ਦਾ ਬਣਾ ਖੜੋ ਸੀ ਇਹ ਥੋੜੇ ਬਹੁ ਗੁਜ਼ਾਰੇ ਦੀ ਹਾਲਤ ਹੀ ਜਵਦੇ ਨਾ 95-96 ਮਾਡਲ। ਅੱਛਾ, ਅੱਜ ਤਾਂ ਭਾਈ ਜਾਨ ਉਹ ਹੀ ਵਿਕਦੇ ਪੈਣ 12-13 ਲੱਖ ਦੇ, ਆਮ ਵਿਕਦੇ ਪੈਣ। ਹਾਂ ਬਿਲਕੁਲ, ਮਸਲਨ ਟਾਇਰ ਕੋਈ 12-13 ਨੇ ਦਿਨ 12-13 ਨੇ ਕੰਡੀਸ਼ਨ ਨੇ ਦਿਨ, ਕੋਈ ਸ਼ੱਕ ਨਹੀਂ, ਤਾਂ ਉਹ ਹੀ 12-14 ਲੱਖ ਦੇ ਤਾਂ ਵਿਕਦੇ ਪੈਣ। ਹਾਂ ਬਿਲਕੁਲ, ਪਰ ਇਹ ਪੋਜੀਸ਼ਨ ਇਹ ਤਾਂ ਹੁਣ ਜਿਸ ਟਾਈਮ ਤਿਆਰ ਥੀ ਸੀ ਰੰਗ ਹੀ ਮੁਕੰਮਲ ਜ਼ੀਰੋ ਹੋਏ ਸੀ। ਬਿਲਕੁਲ, ਕੰਮ ਹੀ ਸਾਰਾ ਹੀ ਦਹੁੰਦਾ ਪੀ, ਕੋਈ ਸ਼ੱਕ ਨਹੀਂ, ਤਾਂ ਖਰਚਾ ਤੁਸੀਂ ਮੁਖਤਸਾਰ ਜਿਹਾ ਕਰੋ। ਹਾਂ ਬਿਲਕੁਲ, ਜਿਹੜੇ ਦੇ ਚ ਲੰਬਾ ਚੌੜਾ ਨਾ ਥੀ ਖਰਚਾ, ਕੋਈ ਸ਼ੱਕ ਨਹੀਂ, ਇਨਸ਼ਾਅੱਲਾ। ਖਰਚਾ ਬਹੁ ਵੱਧ ਹੋਈਏ ਨਾ, ਬਹੁ ਮਹਿੰਗਾ ਥੀ ਵਈਏ, ਮਹਿੰਗਾ ਪੋਸੀਗਾ ਤੇ ਇਹ ਮਾਸ਼ਾਅੱਲਾ ਨਾ ਮਕਸਦ ਹੈ ਕਿ ਵਿੱਚੋਂ ਹਾਈ ਠੀਕ ਜੀ ਜੀ, ਅਗਰ ਇਹ ਵਿੱਚੋਂ ਠੀਕ ਨਾ ਹੁੰਦਾ ਨਾ ਬਿਲਕੁਲ, ਤਾਂ ਵੱਧ ਇਹਦਾ ਬਲਾਂ ਖਰਚਾ ਆਈ, ਮਸਲਾ ਖਰਚਾ ਵੱਧ ਜ਼ਿਆਦਾ ਆਵੇ, ਜ਼ਿਆਦਾ ਆਈ ਇਹਦੇ। ਇਹ ਤਾਂ ਮਾਸ਼ਾਅੱਲਾ ਦੇਖੋ ਨਾ, ਹਾਊਸਿੰਗ ਦੇਖੋ, ਇਹਦਾ ਹਾਂਡਾ ਡਿੱਠਾ ਸੀ, ਬਲਾਕ ਡਿੱਠਾ ਸੀ, ਬਹੁਤ ਖੂਬਸੂਰਤ, ਕੋਈ ਸ਼ੱਕ ਨਹੀਂ, ਸਾਰਾ ਸੋਹਣਾ। ਇਹ ਤਾਂ ਸਾਰਾ ਸਮਾਨ ਅੱਗੇ ਕਾਫੀ ਟਰੈਕਟਰ ਜਿਤਨੇ ਵੀ ਖੁੱਲੇ, ਬਿਲਕੁਲ ਅੱਜ ਤਾਂ ਇਹ ਰਗੜਾਈ ਕਰਨੀ ਹੈ, ਚੈੱਕ ਕੀਤਾ। ਹਾਂ, ਮੋਟਰ ਇਸ ਸਾਰ ਸਫਾਈ ਕਹਿੰਦੀ ਲੋਹੇ ਦੀ ਨਾਲ, ਕੋਈ ਸ਼ੱਕ, ਖੂਬਸੂਰਤੀ ਵੀ ਕਹਿੰਦੀ। ਬਿਲਕੁਲ ਬਿਲਕੁਲ, ਤੇ ਇਨਸ਼ਾਅੱਲਾ ਅੱਗੇ ਚੱਲਣੇ ਨਸੀਬ ਭਾਈ ਜਾਨ ਤੁਹਾਡਾ ਵੀ, ਤੇ ਜਿਹੜਾ ਮਨ ਇਹਨੂੰ ਭਿੰਨਵੇਂ ਸੀ, ਕੋਈ ਸ਼ੱਕ ਨਹੀਂ, ਚੀਜ਼ ਹੁਣ ਮਨਸੀ ਦੇ ਵਿੱਚ ਕੋਈ ਕੰਮਾਂ ਪੇਸ਼ੀ ਨਹੀਂ। ਅਜੇ ਤਾਂ ਨਾਲ ਦੇ ਨਾਲ ਸਫਾਈ ਉਤੋਂ ਵਲਾ ਨਾ ਜੀ, ਰੰਗ ਕਹਿ ਕਹਿ ਜਾਤੀ ਨਾ, ਰੰਗ ਬੜਾ ਮੋਟਾ ਆਈ, ਬਿਲਕੁਲ ਬਹੁਤ ਮੋਟਾ ਰੰਗ ਥੀ ਹੋਇਆ ਜੀ, ਗਸਾ ਗਸਾ ਕੇ ਥੱਕ ਗਏ ਕਹਿ ਕਹਿ ਜਾਤੀ, ਅਜੇ ਹੀ ਵਤ ਮਜ਼ੀਦ ਮੋਟੀ ਤਾਰ ਵਾਲਾ ਬੁਰਸ਼ ਲੈ ਸੋ ਨਾ, ਸਹੀ ਐਂਡ ਦੋ ਤੇ ਇਨਸ਼ਾਅੱਲਾ ਉਹ ਸਾਫ਼ ਕਰ ਸਕਦੇ ਬਾਹਰ ਵਾਲੀ, ਸਾਨੂੰ ਟੋਟਲ ਕੁਝ ਥੋੜ੍ਹਾ ਕਰੋ। ਅੱਛਾ, ਕੰਮ ਕਰੋ ਜਿਹੜੇ ਵੀ ਨਾ ਅਗਲਾ ਬੰਦਾ ਆਸਾਨੀ ਨਾਲ ਗਿਣ ਸਕੇ, ਬਿਲਕੁਲ ਖੁਸ਼ੀ ਨਾਲ, ਕੋਈ ਕਿਉਂਕਿ ਬਈ ਨਵਾਂ ਵੀ ਇਹ ਪੈਸੇ ਵੀ ਮੁਨਾਸਿਬ ਹੈ, ਬਿਲਕੁਲ ਟਾਇਰ ਮਾਇਰ ਪੈਸੇ ਉਸਨੂੰ 15-16 ਲੱਖ ਤਿਆਰ ਥੀ ਜਾਂਦੇ, ਕੋਈ ਮਹਿੰਗਾ ਨਹੀਂ। ਹਾਂ ਬਿਲਕੁਲ, ਕਿਉਂਕਿ 0 ਮੀਟਰ ਗੱਡੀ ਹੋਵੇ ਨਹੀਂ, ਕੋਈ ਸ਼ੱਕ ਨਹੀਂ, ਮਾਡਲ ਹੀ ਉੱਤੇ 94-95-94 ਮਾਰਕੀਟ ਇਹ ਗੱਲ ਹੈ।
ਤੇ ਮੈਂ ਗਾਈ ਮੁਤਾਬਿਕ ਨਾ ਮਕਸਦ ਹੀ ਹੁਣ 14-15-16 ਜੀ ਇਹ ਤੇ ਇੱਕ ਆਮ ਰੂਟੀਨ ਹੈ ਕਿਉਂਕਿ ਹੁਣ ਦੇਖੋ ਨਾ 9-10 ਲੱਖ ਦਾ 95 ਮਿਲਦਾ ਪਏ ਬਿਲਕੁਲ ਮਿਲਦਾ ਅੱਛਾ ਉਹਦਾ ਇਹੋ ਮਾਲ ਆਉਣਾ ਹੈ ਇਹੋ ਮਾਲ ਆਉਣਾ ਕਿ ਬੈਰਿੰਗ ਵਿੱਚ ਟੁੱਟੇ ਪੈਣ ਕਰੈਂਕ ਟੁੱਟੀ ਪਈ ਹੈ ਹਾਂ ਬਿਲਕੁਲ ਤੇ ਇੱਕ ਚੀਜ਼ ਚੈੱਕ ਕੇ ਨਾ ਉਹ ਮਾਸ਼ਾਅੱਲਾ ਖੜੇ ਕਾਂਸੀ ਮਾਡਲ ਚੈੱਕ ਸ਼ੁਦਾ ਹਰ ਸ਼ੈ ਉਹਦੀ ਬਦਲੀ ਖੜੀ ਹੈ ਜੀ ਜੀ ਮਜ਼ਾ ਬਣਾ ਖੜੇ ਕੰਮ ਦੇ ਉੱਤੇ ਲੈ ਸੇ ਦਿਲ ਮੁਤਮੈਨ ਤੇ ਹੈ ਨਾ ਬਿਲਕੁਲ ਮੁਤਮੈਨ ਹੈ ਭਾਈ ਜਾਨ ਪਰ ਹੁਣ 95-96 ਮਾਡਲ ਫੀਐਟ ਮਿਲਦਾ ਪਈ 10 ਤੇ 12 ਅੱਛਾ ਜਿਹੜਾ ਫੀਐਟ ਉਹ ਛੋਟਾ ਤੁਸੀਂ ਕਿਦਾਂ ਕਿਵੇਂ ਖਰਚਾ ਉਹਦੇ ਉੱਤੇ ਕਿਤਨਾ ਥੀਆ ਉਹਦੇ ਉੱਤੇ ਖਰਚਾ ਬਹੁਤ ਥੀਏ ਮੋਟਾ ਮੋਟਾ ਕੀਤਾ ਤੇ ਸ਼ਾਰਟ ਕੱਟ ਉਹਦੇ ਉੱਤੇ ਲੱਖ ਰੁਪਇਆ ਥੀਆ ਅੱਛਾ ਜੀ ਹਾਂ ਮੁਕੰਮਲ ਕੰਮ ਵੀ ਕੋਈ ਨਹੀਂ ਥੀਆ ਕੋ ਨਹੀਂ ਥੀਆ ਜਿਹੜਾ ਘਿੰਦਾ ਹੈ ਕਰੇਂਦਿਆ ਕਹੀਂ ਦਿਹਾੜ ਸੇਫ ਤਾਂ ਚੱਲਈਏ ਕੋਈ ਨਹੀਂ ਚੱਲਾ ਨਹੀਂ ਯਾਰ ਕਹੀਂ ਕਿਰਿਆਰ ਸੇਫ ਤਾਂ ਚੱਲਿਆ ਤਾਂ ਵਾ ਤਰਾਏ ਦੇ ਵਾਲੇ ਖੇਲੇਂਦਾ ਅੱਛਾ ਜੀ ਹਫਤੇ ਦੇ 4 ਦੇ ਵਾਲੇ ਹਾਜ਼ਰੀ ਹੁੰਦੀ ਹੈ ਮਿਸਤਰੀ ਕੋ ਅੱਛਾ 4 ਦੇ ਵਾਲੇ ਕੰਮ ਚੋਂ ਹੁੰਦਾ ਕਿਉਂਕਿ ਪੁਰਾਣੇ ਉੱਕੇ ਖਤਮ ਥੇ ਪਏ ਉਹਨਾਂ ਨੂੜੇ ਪਏ ਉਹਨਾਂ ਇਸ ਤਰ੍ਹਾਂ ਅਗਰ ਕੰਮ ਹੋਵੇ ਤੇ ਅੱਛਾ ਬਾਤ ਉਹਨਾਂ ਦੇ ਇਨਸ਼ਾਅੱਲਾ ਕੋਈ ਮਸਲਾ ਨਾ ਆਵੇ ਹਾਂ ਬਿਲਕੁਲ ਤੇ ਨਾ ਕੋਈ ਉਹਨਾਂ ਦੇ ਅੰਦਰ ਖਰਾਬੀ ਹੋ ਸੀ ਤੇ ਉਹਨੇ ਉਸ ਗੱਡੀ ਦੇ ਵਿੱਚ ਜ਼ੋਰ ਜ਼ੋਰ ਕਿਤਨਾ ਹੈ ਜ਼ੋਰ ਬੜਾ ਕਿਆ ਬਾਤ ਜ਼ੋਰਾਂ ਦੀ ਕਿਆ ਬਾਤ ਹੈ ਉਸਤਾਦ ਨਵਾਂ ਮਾਡਲ ਉਹਦੇ ਮੁਤਾਬਿਕ ਲੈ ਸੀ ਨਹੀਂ ਲੈਣਾ ਕਦਾਂ ਹੀ ਨਹੀਂ ਲੈਣਾ ਪੁਰਾਣੇ ਮਾਡਲ ਜਿਹੜੇ ਨੇ ਇਹਨਾਂ ਦਾ ਇੱਕ ਤਾਂ ਵਜ਼ਨ ਪੂਰੇ ਇਸ ਦੇ ਉੱਤੇ ਬਾਹਰ ਕੇ ਸਵਾਰੀ ਕਰੋ ਨਵੇਂ ਮਾਡਲ ਦੀ ਕਰੋ ਤੁਹਾਨੂੰ ਮਹਿਸੂਸ ਸੀ ਹਾਂ ਫਰਕ ਆਉਂਦਾ ਕਿਤਨਾ ਫਰਕ ਕੋਈ ਸ਼ੱਕ ਨਹੀਂ ਇਹਨਾਂ ਦੇ ਸਾਰੇ ਆਈਟਮ ਬਿਹਤਰੀਨ ਬਾਹਰ ਚਾਹੇ ਫੀਐਟ ਹੈ ਜਾਂ ਰੂਸੀ ਕੋਈ ਵੀ ਪਹਿਲੇ ਲੋਹੇ ਸਸਤੇ ਹਨ ਨਾ ਸਸਤੇ ਲੋਹੇ ਹਨ ਮੋਟਾ ਹੁਣ ਤਾਂ ਲੋਹਾ ਬੜਾ ਮਹਿੰਗਾ ਹੁਣ ਤਾਂ ਭਾਈ ਹੁਣ ਇਹ ਤਾਂ ਨੱਕਾ ਦੇ ਕੇ ਨਵਾਂ ਨਵੇਂ ਮਾਡਲ ਦੇ ਦੇ ਕੇ ਇੱਥੇ ਨਹੀਂ ਮੋਟਾਈ ਨਾ ਬਿਲਕੁਲ ਬਿਲਕੁਲ ਅਗਰ ਮੋਟਾਈ ਹੋ ਸੀ ਸਹੀ ਨਾ ਦੇਖ ਉਹ ਕੈਮੀਕਲ ਨੇ ਜਿਹੜਾ ਪਹਿਲੇ ਪਾਇਆ ਹੋਇਆ ਲੋਹੇ ਦੀ ਜਾਨ ਹੋਣਾ ਉਸ ਹਾਂ ਇਤਨਾ ਅਰਸਾ ਚੱਲਾ ਪਿਆ ਤੁਸੀਂ ਦੇਖ ਗਿਨੋ ਲੋਹੇ ਦੀ ਜਾਨ ਦੇ ਕੋਈ ਸ਼ੱਕ ਨਹੀਂ ਅਕਸਰ 95 ਦੀਆਂ ਨਾ ਇਥੋਂ ਹਾਊਸਿੰਗ ਕਰੈਕਨ ਕਰੈਕ ਹੋ ਵੈਂਦੀ ਇਨਾ ਜਾਈ ਤੂੰ ਇਨਾ ਜਾਈ ਤੂੰ ਜੀ ਜੀ ਠੀਕ ਹੈ ਨਾ ਲੇਕਿਨ ਇਹ ਮਾਸ਼ਾਅੱਲਾ ਨਾ ਕਿਦਾਂ ਬਣੀ ਹੋਈ ਹੈ ਬਹੁਤ ਖੂਬਸੂਰਤ ਹੈ ਹਾਂ ਨਾ ਕਿਦਾਂ ਕਰੈਕ ਨਹੀਂ ਬਿਲਕੁਲ ਵਿੱਚੋਂ ਹੀ ਠੀਕ ਨਿਕਲੀ ਹੈ ਅੰਦਰੋਂ ਬਾਹਰੋਂ ਸੈਜ਼ ਮੈਜ਼ ਹਰ ਚੀਜ਼ ਨਾ ਸੰਭਲੇ ਤੱਕ ਦੇਖ ਗਿਨੋ ਬੁਲਾਕ ਦੇਖੋ ਹਾਂਡਾ ਦੇਖੋ ਕੋਈ ਚੀਜ਼ ਵੀ ਹੈ ਨਾ ਤਾਂ ਮਾਸ਼ਾਅੱਲਾ ਖੂਬਸੂਰਤ ਹੈ ਕੋਈ ਸ਼ੱਕ ਨਹੀਂ ਹਾਂ ਭਾਈ ਜਾਨ ਕੀ ਲੱਗਦੇ ਹੁਣ ਤਾਂ ਹੁਣ ਸੇਲ ਥੀ ਸੀ ਬਿਲਕੁਲ ਸੇਲ ਥੀ ਅੱਜ ਹੀ ਨਹੀਂ ਥੀ ਅੱਜ ਹੀ ਨਹੀਂ ਥੀ ਦਾ ਵਾਰ ਯਾਰ ਇਹ ਫਸ ਗਿਆ ਸੀ ਜੀ ਯਕੀਨ ਕਰੀ ਜਿਹੜੇ ਬੰਦੇ ਦੇ ਤੂ ਦੇ ਨਾਲ ਮਿਲੇ ਹੀ ਹਾਂ ਮੇਰੇ ਖਿਆਲੇ ਮੁਲਾਕਾਤ ਥਈ ਆਈ ਤੇ ਉਸ ਨਾ ਪੁਚਾ ਦਿੱਤਾ ਵੇਚਣ ਵਾਸਤੇ ਜੀ ਜੀ ਤੇ ਮੈਂ ਆਪ ਖੁਦ ਗਿਨੂ ਆਮ ਲੇਕਿਨ ਪੈਸਾ ਇਤਨਾ ਨਹੀਂ ਬਣਾ ਬਾਤ ਉਹਨੂੰ ਕਿਸ਼ਤਾਂ ਦਾ ਆਖਾ ਸੀ ਬਈ ਕੁਝ ਕਿਸ਼ਤਾਂ ਕਰਾਏ ਉਹ ਸਕੇ ਯਾਰ ਮੇਰੀ ਨਕਦ ਜਾਨ ਛੁੜਾ ਸਹੀ ਤੇ ਅੱਗਾ ਨਾ ਬਾਤ ਮਕਸਦ ਹੈ ਕਿ ਮੈਂ ਇਹ ਕੰਮ ਨਹੀਂ ਕਰਨਾ ਜੀ ਜੀ ਤੇ ਉਹ ਬੰਦਾ ਹੀ ਨਵਾਂ ਬਸ ਉਹ ਨਾ ਫਸ ਗਏ ਤੇ ਬਾਤ ਮਸ਼ਹੂਰ ਵਾਲੇ ਜਵਾੜ ਖੜੋ ਤੇ ਜੇ ਪਿੱਛੇ ਮਲਦਾ ਹੈ ਹਾਂ ਬਿਲਕੁਲ ਤੇ ਬਾਤ ਉੱਥੇ ਮਾਰਕੀਟ ਕੋਣ ਆਈ ਜੀ ਜੀ ਇੱਥੇ ਮਾਰਕੀਟ ਆਈ ਤੇ ਜਿਹੜਾ ਬੰਦਾ ਦੇਦਾ ਹੀ ਨਾ ਉਹਦਾ ਇੱਕ ਦਿਲ ਮੁਤਮੈਨ ਨਾ ਆਈ ਮੈਂ ਨਾ ਆਈ ਨਾ ਪਲੀਆਂ ਮਲੀਆਂ ਤੇ ਥੋੜਾ ਦੇਖ ਕੇ ਬੈਰਿੰਗ ਮੈਰਿੰਗ ਆਵਾਜ਼ਾਂ ਸ਼ਵਾਜ਼ਾਂ ਬਿਲਕੁਲ ਬਸ ਆ ਕੇ ਚਲੋ ਇਸ ਨੂੰ ਚੈੱਕ ਚੈੱਕ ਕਰੀਨੇ ਆ ਨਾ ਜੀ ਜੀ ਤੇ ਬਾਅਦ ਵਿੱਚ ਇਨਸ਼ਾਅੱਲਾ ਬਾਅਦ ਰਿਕਵੈਸੀ ਇਨਸ਼ਾਅੱਲਾ ਭਾਈ ਜਾਨ ਨੂੰ ਗਰੰਟੀ ਵੀ ਤੇ ਦੇ ਸੋਨਾ ਪਰਲੇ ਬੰਦੇ ਨੂੰ ਭਾਈ ਜਾਨ ਇਹਦੇ ਵਿੱਚ ਕੋਈ ਕੰਮਾਂ ਪੇਸ਼ੀ ਨਹੀਂ ਕੋਈ ਸ਼ੱਕ ਨਹੀਂ ਠੀਕ ਹੈ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਉਹਨੇ ਸੇਲ ਵੀ ਛੀ ਸੀ ਬਿਲਕੁਲ ਤੁਹਾਡੀ ਮਿਹਨਤ ਵੀ ਇਨਸ਼ਾਅੱਲਾ ਕਈ ਪਾਸੇ ਨਜ਼ਾਇਆ ਹੋਈ ਸੀ ਕੋਈ ਸ਼ੱਕ ਨਹੀਂ ਤੁਹਾਨੂੰ ਮਿਹਨਤ ਦਾ ਫਲ ਵੀ ਮਿਲ ਸੀ ਇਨਸ਼ਾਅੱਲਾ ਬਿਲਕੁਲ ਮੁਕੰਮਲ ਕੰਮ ਹੀ ਅੱਛੀ ਤਰ੍ਹਾਂ ਕਿਨੇ ਪੀ ਨਹੀਂ ਗੱਲ ਠੀਕ ਹੈ ਜਨਾਬ ਠੀਕ ਹੈ ਭਾਈ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਹੈ ਚੈਨਲ ਤੇ ਨਵੇਂ ਵੇ ਸਬਸਕ੍ਰਾਈਬ ਕਰਨਾ ਹੈ ਅੱਲਾ ਹਾਫਿਜ਼